महंगाई दिनों दिन वधदी जा रही है ते हरेक चीज विच महंगाई दा वाधा हो रहा है। गरीब लोकां नूं महंगाई कारण बड़ी मुश्किलां दा सामना करना पै रहा है। इसे तरह ही मार्च दा महीना चढ़दिया ही आम लोकां नूं महंगाई दा झटका लग्या। घरेलू गैस LPG सिलेंडर दीआं कीमतां विच वाधा होया है। घरेलू गैस सिलेंडर विच 50 रुपए दा वाधा कर दिता गया। पहला गैस सिलेंडर 1053 रुपए दा भरिया जांदा सी ते हुण 1103 रुपए दा ਭਰਿਆ ਜਾਵੇਗਾ। ਇਹ ਦਿੱਲੀ ਦਾ ਰੇਟ ਹੈ ਤੇ ਕਮਰਸ਼ੀਅਲ ਸਿਲੰਡਰ ਦੀ ਕੀਮਤ 350 ਰੁਪਏ ਦਾ ਇਜ਼ਾਫਾ ਹੋਇਆ। 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦਾ ਰੇਟ 2119 ਰੁਪਏ ਹੋ ਗਿਆ। ਅੱਜ ਤੋਂ ਹੀ ਲਾਗੂ ਕੀਤੀਆਂ ਗਈਆਂ ਨੇ ਇਹ ਵਾਧੀਆਂ ਕੀਮਤਾਂ। ਪੰਜਾਬ ਵਿੱਚ ਪਹਿਲਾਂ ਘਰੇਲੂ ਗੈਸ ਸਿਲੰਡਰ 1070 ਰੁਪਏ ਦਾ ਮਿਲਦਾ ਸੀ ਤੇ ਹੁਣ 1120 ਰੁਪਏ ਦਾ ਮਿਲੇਗਾ। ਇਹਨਾਂ ਘਰੇਲੂ ਗੈਸ ਦੀਆਂ ਵਾਧੀਆਂ ਕੀਮਤਾਂ ਦਾ ਹੋਟਲਾਂ, ਰੈਸਟੋਰੈਂਟਾਂ, ਢਾਬੇ ਅਤੇ ਚਾਹ ਬਣਾਉਣ ਵਾਲੇ ਦੁਕਾਨਦਾਰਾਂ ਨੂੰ ਵੀ ਬਹੁਤ ਵੱਡਾ ਝਟਕਾ ਲੱਗਿਆ। ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਤੇ ਇਸ ਦਾ ਆਮ ਲੋਕਾਂ ਨੂੰ ਤੇ ਗਰੀਬ ਲੋਕਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ।